ਪੰਜਾਬ ਦੀਆਂ ਸਿਆਸੀ ਅਤੇ ਪੰਥਕ ਸਭਾ ਵਿੱਚੋਂ ਸੁੰਗੜ ਦੇ ਆਧਾਰ ਤੋਂ ਫਿਕਰਮੰਦ ਸ਼੍ਰੋਮਣੀ ਅਕਾਲੀ ਦਲ ਬਾਦਲ ਮੂੜ ਹੱਥ ਪੈਰ ਮਾਰ ਰਿਹਾ ਹੈ ਤਾਂ ਇਸ ਦਰਮਿਆਨ ਹੁਣ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਲਈ ਜਥੇ ਤੇ ਲਈ ਰੋਕ ਦੇ ਮੁੱਦੇ ਤੇ ਬਾਦਲ ਦਾ ਲਗਾਤਾਰ ਹਮਲਾਵਰ ਹੈ ਵੱਡਾ ਪੰਥਕ ਮਸਲਾ ਹੈ ਪਰ ਵਿਰੋਧੀ ਧਿਰਾਂ ਉਹਨਾਂ ਦੇ ਬਿਆਨਬਾਜ਼ੀ ਨੂੰ ਮਹਿਜ ਸਿਆਸੀ ਐਲਾਨ ਰਹੀਆਂ ਹਨ ਤਾਂ ਇਸ ਦਰਮਿਆਨ ਸਵਾਲ ਉੱਠਦਾ ਹੈ ਤਾਂ ਕੀ ਅਕਾਲੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਜਨਮ ਸਥਲੀ ਨਨਕਾਣਾ ਸਾਹਿਬ ਦੀ ਸ਼ਤਾਬ ਦੀ ਮਨਾਉਣ ਲਈ ਕੇਂਦਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾਰਾਜ਼ਗੀ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਹ ਸਵਾਲ ਵਿਰੋਧੀ ਧਿਰਾਂ ਦੇ ਸਵਾਲ ਚੁੱਕਣ ਤੋਂ ਬਾਅਦ ਉੱਠੇ ਹਨ ਵਿਰੋਧੀ ਧਿਰਾਂ ਅਤੇ ਸਿੱਖ ਆਗੂ ਅਜਿਹਾ ਕਹਿ ਰਹੇ ਹਨ ਕਦੇ ਭਾਈਵਾਲ ਰਹੀ ਭਾਜਪਾ ਸਭ ਤੋਂ ਵੱਧ ਹਮਲਾਵਰ ਹੈ ਭਾਜਪਾ ਦੇ ਸੀਨੀਅਰ ਸਿੱਖ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲਗਾਇਆ ਕਿ ਉਹ ਤੀਰਥ ਅਸਥਾਨਾਂ ਨੂੰ ਫਿਰਕੂ ਕਾਰਡ ਵਜੋਂ ਨਾ ਵਰਤਣ ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਰਾਜਨੀਤਿਕ ਮੁੱਦੇ ਦੀ ਭਾਲ ਕਰ ਰਹੇ ਹਨ ਕਿਉਂਕਿ ਕਿਸਾਨਾਂ ਦੇ ਅੰਦੋਲਨ ਕ ਆਪਣਾ ਵੋਟ ਬੈਂਕ ਗਵਾ ਚੁੱਕੇ ਹਨ ਅਤੇ ਹੁਣ ਉਹਨਾਂ ਨੂੰ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਸਭ ਤੋਂ ਵੱਡੀ ਸਿੱਖ ਪ੍ਰਤੀਨਿਧ ਸੰਸਦਾ ਅਤੇ ਅਕਾਲ ਤਖਤ ਦੀ ਸੰਸਦਾ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਸਨੇ ਜਥੇ ਤੇ ਰੋਕ ਲਾਉਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸੁਰੱਖਿਆ ਅਤੇ ਸਿਹਤ ਮਹੱਤਵਪੂਰਨ ਸੀ ਅਤੇ ਕੇਂਦਰ ਸਰਕਾਰ ਜਦੋਂ ਵੀ ਇਸ ਦੇ ਨਾਗਰਿਕ ਕਿਸੇ ਹੋਰ ਦੇਸ਼ ਦੀ ਯਾਤਰਾ ਕਰਦੇ ਹਨ ਤਾਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੀ ਹੈ ਫੈਸਲਾ ਕਿਸੇ ਭਾਈਚਾਰੇ ਦੇ ਖਿਲਾਫ ਨਹੀਂ ਬਲਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦਾ ਮਸਲਾ ਹੈ ਜ਼ਿਕਰ ਖਾਸ ਹੈ ਕਿ 17 ਫਰਵਰੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਖਾਤਰੀ ਅਤੇ ਗਵਾਂਡੀ ਦੇਸ਼ ਚ ਕੋਵਿਡ-19 ਦੀ ਸਥਿਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੇ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਨੇ ਤਿੱਖੀ ਆਲੋਚਨਾ ਕੀਤੀ ਸੀ ਕਿ ਜਥਾ 21 ਫਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦੀ ਵਰਸੀ ਮੌਕੇ 18 ਫਰਵਰੀ ਨੂੰ ਰਵਾਨਾ ਹੋਣਾ ਸੀ ਅਕਾਲੀ ਦਲ ਨੇ ਇਸ ਤੇ ਵੱਡੇ ਸਵਾਲ ਚੁੱਕਦੇ ਦੁਹਰਾਇਆ ਕਿ ਕੇਂਦਰ ਸਰਕਾਰ ਦਾ ਇਹ ਇਨਕਾਰ ਸਿੱਖ ਭਾਵਨਾਵਾਂ ਉੱਤੇ ਹਮਲੇ ਦੇ ਸਮਾਨ ਹੈ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਸੇਵਾ ਅਤੇ ਸ਼ਹਾਦਤ ਲਈ ਜਾਣੀ ਜਾਂਦੀ ਹੈ ਅਤੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਪਰ ਕੇਂਦਰ ਸਰਕਾਰ ਵੱਲੋਂ ਇਸ ਤਰ੍ਹਾਂ ਸਿੱਖਾਂ ਨੂੰ ਸਾਕਾਰਨ ਕਾਣਾ ਸਾਹਿਬ ਦੀ ਸ਼ਤਾਬ ਦੇ ਲਈ ਜਾਣ ਤੋਂ ਰੋਕਣਾ ਕਿਸੇ ਵੀ ਪੱਖੋਂ ਤਰਕਸੰਗਤ ਨਹੀਂ ਹੈ ਇਸ ਮੌਜੂਦਾ ਸਥਿਤੀ ਤੇ ਆਪਣਾ ਪ੍ਰतिकਰਮ ਦਿੰਦਿਆਂ ਕਾਂਗਰਸ ਦੇ ਸਿੱਖ ਚਿਹਰੇ ਅੰਮ੍ਰਿਤਸਰ ਤੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਵੰਡੀਆਂ ਪਾਉਣ ਵਾਲੀ ਅਕਾਲੀ ਰਾਜਨੀਤੀ ਰਾਜ ਦੀ ਸ਼ਾਂਤੀ ਨੂੰ ਖਤਮ ਕਰ ਸਕਦੀ ਹੈ ਕਾਂਗਰਸ ਨੇ ਪੰਜਾਬ ਵਿੱਚੋਂ ਆਤਵਾਦ ਦਾ ਖਾਤਮਾ ਕੀਤਾ ਇਸ ਲਈ ਸੀ ਅਕਾਲੀਆਂ ਨੂੰ ਸਲਾਹ ਦਿੰਦੇ ਹਾਂ ਕਿ ਕਿਸੇ ਧਾਰਮਿਕ ਮਾਮਲੇ ਨੂੰ ਫਿਰਕੂ ਮੁੱਦਾ ਬਣਾਉਣ ਤੋਂ ਗੁਰੇਜ਼ ਕਰਨਾ ਹਾਲਕਿ ਮੇਰੀ رائے ਅਨੁਸਾਰ ਕੇਂਦਰ ਸਰਕਾਰ ਨੂੰ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਯਾਤਰੀਆਂ ਨੂੰ ਸੁਰੱਖਿਆ ਦੇਣ ਦੀ ਬੇਨਤੀ ਕਰ ਸਕਦਾ ਸੀ ਅਤੇ ਯਾਤਰੀਆਂ ਨੂੰ ਜਾਣ ਦੇਣਾ ਚਾਹੀਦਾ ਸੀ ਆਮ ਆਦਮੀ ਪਾਰਟੀ ਦੇ ਸਿੱਖ ਬੁਲਾਰੇ ਗੁਰਪ੍ਰੀਤ ਸਿੰਘ ਨੇ ਦਾਵਾ ਕੀਤਾ ਹੈ ਕਿ ਅਕਾਲੀ ਆਪਣੀਆਂ ਗੁੰਮ ਹੋਈਆਂ ਰਾਜਨੀਤਿਕ ਨੀਤੀਆਂ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਿਰਬੀ ਅਤੇ ਕਿਸਾਨ ਅੰਦੋਲਨ ਨੇ ਅਕਾਲੀ ਵੋਟ ਬੈਂਕ ਨੂੰ ਹਾਸ਼ੀਏ ਵੱਲ ਤੱਕ ਦਿੱਤਾ ਹੈ ਇਸ ਲਈ ਹੁਣ ਉਹ ਪੰਥਕ ਮੁੱਦੇ ਉਭਾਰ ਰਹੇ ਹਨ ਕਿਸੇ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਵਿਸ਼ਵਾਸ ਯਤਨ ਲਈ ਉਹ ਅਜਿਹਾ ਕਰ ਰਹੇ ਹਨ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਨਾਲ ਵਿਤਕਰਾ ਕੀਤਾ ਹੈ ਉਹਨਾਂ ਕਿਹਾ ਕਿ ਅਕਾਲੀ ਇੱਕ ਧਾਰਮਿਕ ਮਸਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਭਾਵੇਂ ਜਥਾ ਐਸ ਪੀ ਯੋਜ ਨਾਲ ਪਾਕਿਸਤਾਨ ਜਾ ਸਕਦਾ ਸੀ ਪਾਕਿਸਤਾਨ ਤੋਂ ਗੋਪਾਲ ਸਿੰਘ ਚਾਵਲਾ ਨੇ ਸੋਮਵਾਰ ਨੂੰ ਭਾਰਤੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਇੱਕ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਇੱਕ ਵੀਡੀਓ ਸੰਦੇਸ਼ ਵਿੱਚ ਉਸਨੇ ਦਾਵਾ ਕੀਤਾ ਕਿ ਪਾਕਿਸਤਾਨ ਸਿੱਖ 1000 ਤੋਂ ਵੱਧ ਟਰੈਕਟਰ ਨਾਲ ਭਾਗ ਲੈ ਕੇ ਰੈਲੀ ਕੱਢਣਗੇ ਇਸ ਤੋਂ ਪਹਿਲਾਂ ਵੀ ਉਹਨਾਂ ਰੈਲੀ ਦਾ ਐਲਾਨ ਕੀਤਾ ਸੀ ਪਰ ਤਾਰੀਖ ਨਹੀਂ ਦਿੱਤੀ ਸੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਹਲਕਿਆਂ ਵਿੱਚ ਮਹੀਨੇ ਵਿੱਚ ਪੰਜ ਸਾਕਾ ਸਵਾਗਤ ਕਰਵਾਉਣ ਲਈ ਕਿਹਾ ਹੈ ਜਦੋਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੋ ਅਤੇ ਅੰਮ੍ਰਿਤਸਰ ਪਟਨਾ ਦੇ ਨਾਢੇ ਵਿੱਚ ਤੱਕ ਤੱਕ ਰੱਖਣੇ ਚਾਹੀਦੇ ਹਨ ਸਾਰੀਆਂ ਸਿੱਖ ਸੰਗਠਨ ਕੌਲ ਸੰਸਥਾਵਾਂ ਸੁਸਾਇਟੀਆਂ ਤੇ ਨਿਹੰਗ ਸਮੂਹਾਂ ਦੇ ਹੁਕਮ ਦਿੱਤੇ ਗਏ ਹਨ ਇਹ ਰਸੋ ਹੋ ਕੇ ਕਿ ਦਰਨੇ ਕਿਵੇਂ ਸਿੱਖਾਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਸੋ ਇਸ ਮੁੱਦੇ ਨੂੰ ਇੱਕ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਬਿਆਨਾਂ ਨੂੰ ਇਸ ਤਰ੍ਹਾਂ ਹੀ ਵੇਖਿਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰ ਸਵਾਲ ਚੁੱਕਣ ਲੱਗੀਆਂ ਹਨ ਕਿ ਇਸ ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ ਸੋ ਇਸ ਮੁੱਦੇ ਨੂੰ ਮਹਗਾਈ ਰੱਖਣ ਲਈ ਉਸੇ ਅਕਾਲੀ ਦਲ ਬਾਦਲ ਦੀਆਂ ਲੋੜੋਂ ਵੱਧ ਸਰਗਰਮੀਆਂ ਤੇ ਸਵਾਲ ਵਿਰੋਧੀ ਧਿਰ ਚੁੱਕ ਰਹੀਆਂ ਹਨ ਜੋ ਕਦੇ ਕੇਂਦਰ ਦੇ ਇਹੋ ਜਿਹੇ ਫੈਸਲਿਆਂ ਤੇ ਪਹਿਲਾਂ ਪਰਦਾ ਪਾਉਂਦਾ ਰਿਹਾ ਹੈ ਪਰ ਹੁਣ ਮਸਲਾ ਸਿਆਸੀ ਜ਼ਮੀਨ ਬਚਾਉਣ ਦਾ ਹੈ ਤਾਂ ਕਦੇ ਨਰੋਲ ਸਿਆਸੀ ਧਿਰ ਵੰਗ ਵਿਚਰਦੇ ਆਂ ਉਤਾਰ ਦਿੱਤਾ ਪੰਥਕ ਚੋਲਾ ਮੁੜ ਪਾਉਣ ਦੀ ਤਿਆਰੀ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ